ਬਾਅਦ ਕੈਨੇਡਾ ਤੋਂ ਲਾਸ਼ ਆਈ ਹੈਗੀ ਆ ਅਠਾਈ ਉਣੱਤੀ ਦਿਨਾਂ ਬਾਅਦ ਆਈ ਹੈ। ਕੀ ਮੁਸ਼ਕਲਾਂ ਆਈਆਂ? ਹਾਂਜੀ, ਮੁਸ਼ਕਲਾਂ ਕੀ ਆਈਆਂ ਹੈਗੀਆਂ? ਮੁਸ਼ਕਲ ਸਭ ਤੋਂ ਮੁਸ਼ਕਲ ਤਾਂ ਫਾਂਸੀ ਰਹੀ ਹੈ ਜੀ, ਬਹੁਤ ਜ਼ਿਆਦਾ। ਕੋਈ ਪ੍ਰਸ਼ਾਸਨ ਵੱਲੋਂ ਕੋਈ ਨਾ, ਮੈਂ ਕੁਛ ਲਾ ਕੇ ਭੇਜਿਆ ਸੀ, ਜਿਹੜਾ ਜੇਬ 'ਚ ਹੈ ਸੀ ਪੂੰਜੀ ਮੇਰੀ, ਉਹ ਖਤਮ ਹੋ ਚੁੱਕੀ ਸਾਰੀ। ਅਤੇ ਉਸ ਸਮਾਜ ਸੇਵੀ ਸੰਸਥਾ ਸੀ ਜਿਹੜੀ, ਉਹਨਾਂ ਨੇ ਹੈਲਪ ਕੀਤੀ ਥੋੜ੍ਹੀ ਬਹੁਤ ਮੇਰੀ, ਅਤੇ ਕੁਛ ਮੈਂ ਆਪਣੇ ਕੋਲੋਂ ਕਰਕੇ ਫਿਰ ਆਪਣੇ ਬੱਚੇ ਦੀ ਲਗਭਗ 24-25 ਲੱਖ ਰੁਪਏ ਦੁਬਾਰੇ ਲਾ ਕੇ ਆਪਣੇ ਪਿੰਡ ਵੱਡੀ ਮੰਗਾਈ ਹੈ। ਕੋਈ ਪ੍ਰਸ਼ਾਸਨ ਵੱਲੋਂ ਕੋਈ ਮਦਦ ਕੀਤੀ ਗਈ ਹੋਵੇ? ਕੋਈ ਪ੍ਰਸ਼ਾਸਨ ਵੱਲੋਂ ਕੋਈ ਮਦਦ ਜੀ? ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਆਈ ਮੈਨੂੰ ਜੀ, ਪੈਸਾ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਜੀ, ਲੇਕਿਨ ਮਦਦ ਕੋਈ ਨਹੀਂ ਹਜੇ ਤੱਕ। ਅਤੇ ਮੈਂ ਇੰਨਾ ਸ਼ੁਕਰਗੁਜ਼ਾਰ ਹਾਂ, ਮੈਨੂੰ ਇਹਨਾਂ ਨੇ ਇੱਕ ਫ੍ਰੀ 'ਚ ਐਂਬੂਲੈਂਸ ਜ਼ਰੂਰ ਕਰਕੇ ਦਿੱਤੀ ਆ, ਜਿਹੜੀ ਅੰਮ੍ਰਿਤਸਰ ਤੋਂ ਗਈ ਅਤੇ ਆਈ ਵਾਪਸ ਫ੍ਰੀ ਆਈ ਹੈ, ਅਤੇ ਮੈਨੂੰ ਕੋਈ ਚਾਰਜ ਨਹੀਂ ਦਿਆ। ਕੋਈ ਹਲਕੇ ਦਾ ਕੋਈ ਰਾਜਨੀਤਿਕ ਬੰਦਾ ਕੋਈ ਦੁੱਖ ਸਾਂਝਾ ਕਰਨ ਆਇਆ ਹੋਵੇ? ਹੋਏ ਨੇ ਜੀ, ਸਾਬਕਾ ਐਮ ਐਲ ਏ ਮੈਡਮ ਜੀ ਨੇ, ਬੀਬੀ ਜੀ ਹਰਪ੍ਰੀਤ ਕੌਰ ਜੀ, ਅਤੇ ਸਾਬਕਾ ਐਮ ਐਲ ਏ ਜਲਾਲਪੁਰਾ ਜੀ ਦੇ ਬੇਟੇ ਆਏ ਨੇ ਜੀ, ਅਤੇ ਆਪਣਾ ਅਕਾਲੀ ਦਲ ਵੱਲੋਂ ਹਲਕਾ ਘਨੌਰ ਦੇ ਇੰਚਾਰਜ ਨੇ ਸੇਖੂਪੁਰਾ ਜੀ, ਉਹ ਆਏ ਨੇ ਜੀ। ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ? ਸਰ ਮੇਰੇ ਤਾਂ ਨੌਜਵਾਨਾਂ ਨੂੰ ਤਾਂ ਘੱਟ ਉਹਦੇ ਪੇਰੈਂਟਸ ਨੂੰ ਹੱਥ ਜੋੜ ਕੇ ਬੇਨਤੀ ਆ ਅਤੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦਾ ਜਿਹੜਾ ਸਿਲਸਿਲਾ ਚੱਲਿਆ ਹੋਇਆ ਬਿਲਕੁਲ ਬੰਦ ਕਰੋ, ਨਹੀਂ ਤਾਂ ਆਪਣੇ ਬੱਚੇ ਬਰਬਾਦ ਹੋ ਜਾਣਗੇ ਇਸ ਤਰ੍ਹਾਂ ਜਿਵੇਂ ਮੈਂ ਆਪਣਾ ਬੱਚਾ ਬੈਠਿਆ।